ਕੱਲ੍ਹ ਸ਼ਾਮ ਨੂੰ 5 ਤੋਂ 6 ਵਜੇ ਦੇ ਵਿਚਕਾਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ, ਬਹੁਤ ਹੀ ਅਨਫੋਰਚੁਨੇਟ ਈਵੈਂਟ ਹੋਇਆ ਉਹਦੇ ਨਾਲ। ਉੱਥੇ ਕੋਈ ਖੱਤਿਆਂ 'ਚ ਕੰਮ ਕਰਦੇ ਕਰਦੇ ਉਹਦੇ 'ਤੇ ਅਸਮਾਨੀ ਬਿਜਲੀ ਗਿਰੀ ਸੀਗੀ। ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ, ਪਰ ਅਸੀਂ ਦੇਖਿਆ ਸੀ ਤਾਂ ਉਹ ਬੇਚਾਰਾ ਪੂਰਾ ਹੋ ਚੁੱਕਿਆ ਸੀਗਾ, ਅਤੇ ਅਸੀਂ ਪੇਸ਼ੈਂਟ ਰਿਲੇਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਸੀ। ਉਸ ਵੇਲੇ ਫਿਰ ਉੱਧਰੋਂ ਹੀ ਬਾਹਰੋਂ ਲੈ ਗਏ ਸੀਗੇ ਉਹ ਬੇਚਾਰਾ। ਇਹ ਕੀ ਡਾਕਟਰ ਸਾਹਿਬ ਏਜ ਕਿੰਨੀ ਸੀਗੀ ਉਹਦੀ? ਯੰਗ ਏਜ ਸੀਗਾ, ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਪਿਆ ਸੀਗਾ, ਬਾਕੀ ਐਗਜੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ। ਡਾਕਟਰ ਸਾਹਿਬ ਕਿੱਥੇ ਤੋਂ ਰਹਿਣ ਵਾਲੇ ਸੀ? ਸਿੱਧਵਾਂ ਦੋਨਾਂ ਦਾ ਸੀ ਸ਼ਾਇਦ। ਸਿੱਧਾ ਦੋਨਾਂ ਦਾ। ਹਾਂਜੀ, ਅੱਛਾ, ਅਤੇ ਕਿੰਨੇ ਕੁ ਵਜੇ ਲੈ ਕੇ ਆਏ ਸੀ ਇਹ? ਸ਼ਾਮ ਵੇਲੇ ਜਦ ਮੀਂਹ ਪਿਆ ਸੀਗਾ ਜੀ ਉਸ ਵੇਲੇ 5 ਤੋਂ 6, ਨਹੀਂ 6 ਤੋਂ 7 ਦੇ ਵਿਚਕਾਰ। ਠੀਕ ਹੈ, ਇਹ ਇਕੱਲੇ ਉਹੀ ਇੰਜਟ ਉਹੀ ਪ੍ਰੋਡਕਟ ਸੀਗੀ, ਉਸ ਤੋਂ ਇਲਾਵਾ ਹੋਰ ਵੀ ਕੋਈ ਉਹਨਾਂ ਦੀ ਸਾਡੇ ਫੈਮਿਲੀ ਕੋਲ ਇੱਕ ਸੀਗੀ? ਹੀ ਬੋਡੇਡ ਆਇਆ ਸੀਗਾ ਜੀ। ਕੱਲ੍ਹ ਸ਼ਾਮ ਨੂੰ 5 ਤੋਂ 6 ਵਜੇ ਦੇ ਵਿਚਕਾਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ, ਬਹੁਤ ਹੀ ਅਨਫੋਰਚੁਨੇਟ ਈਵੈਂਟ ਹੋਇਆ ਉਹਦੇ ਨਾਲ। ਉੱਥੇ ਕੋਈ ਖੱਤਿਆਂ 'ਚ ਕੰਮ ਕਰਦੇ ਕਰਦੇ ਉਹਦੇ 'ਤੇ ਅਸਮਾਨੀ ਬਿਜਲੀ ਗਿਰੀ ਸੀਗੀ। ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ, ਪਰ ਅਸੀਂ ਦੇਖਿਆ ਸੀ ਤਾਂ ਉਹ ਬੇਚਾਰਾ ਪੂਰਾ ਹੋ ਚੁੱਕਿਆ ਸੀਗਾ, ਅਤੇ ਅਸੀਂ ਪੇਸ਼ੈਂਟ ਰਿਲੇਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਸੀ। ਉਸ ਵੇਲੇ ਫਿਰ ਉੱਧਰੋਂ ਹੀ ਬਾਹਰੋਂ ਲੈ ਗਏ ਸੀਗੇ ਉਹ ਬੇਚਾਰਾ। ਇਹ ਕੀ ਡਾਕਟਰ ਸਾਹਿਬ ਏਜ ਕਿੰਨੀ ਸੀਗੀ ਉਹਦੀ? ਯੰਗ ਏਜ ਸੀਗਾ, ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਪਿਆ ਸੀਗਾ, ਬਾਕੀ ਐਗਜੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ। ਡਾਕਟਰ ਸਾਹਿਬ ਕਿੱਥੇ ਤੋਂ ਰਹਿਣ ਵਾਲੇ ਸੀ? ਸਿੱਧਵਾਂ ਦੋਨਾਂ ਦਾ ਸੀ ਸ਼ਾਇਦ। ਸਿੱਧਾ ਦੋਨਾਂ ਦਾ। ਹਾਂਜੀ, ਅੱਛਾ, ਅਤੇ ਕਿੰਨੇ ਕੁ ਵਜੇ ਲੈ ਕੇ ਆਏ ਸੀ ਇਹ? ਸ਼ਾਮ ਵੇਲੇ ਜਦ ਮੀਂਹ ਪਿਆ ਸੀਗਾ ਜੀ ਉਸ ਵੇਲੇ 5 ਤੋਂ 6, ਨਹੀਂ 6 ਤੋਂ 7 ਦੇ ਵਿਚਕਾਰ। ਠੀਕ ਹੈ, ਇਹ ਇਕੱਲੇ ਉਹੀ ਇੰਜਟ ਉਹੀ ਪ੍ਰੋਡਕਟ ਸੀਗੀ, ਉਸ ਤੋਂ ਇਲਾਵਾ ਹੋਰ ਵੀ ਕੋਈ ਉਹਨਾਂ ਦੀ ਫੈਮਿਲੀ ਸਾਡੇ ਕੋਲ ਸੀਗੀ? ਇੱਕ ਹੀ ਬੋਡੇਡ ਆਇਆ ਸੀਗਾ ਜੀ। ਕੱਲ੍ਹ ਸ਼ਾਮ ਨੂੰ 5 ਤੋਂ 6 ਵਜੇ ਦੇ ਵਿਚਕਾਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ, ਬਹੁਤ ਹੀ ਅਨਫੋਰਚੁਨੇਟ ਈਵੈਂਟ ਹੋਇਆ ਉਹਦੇ ਨਾਲ। ਉੱਥੇ ਕੋਈ ਖੱਤਿਆਂ 'ਚ ਕੰਮ ਕਰਦੇ ਕਰਦੇ ਉਹਦੇ 'ਤੇ ਅਸਮਾਨੀ ਬਿਜਲੀ ਗਿਰੀ ਸੀਗੀ। ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ, ਪਰ ਅਸੀਂ ਦੇਖਿਆ ਸੀ ਤਾਂ ਉਹ ਬੇਚਾਰਾ ਪੂਰਾ ਹੋ ਚੁੱਕਿਆ ਸੀਗਾ, ਅਤੇ ਅਸੀਂ ਪੇਸ਼ੈਂਟ ਰਿਲੇਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਸੀ। ਉਸ ਵੇਲੇ ਫਿਰ ਉੱਧਰੋਂ ਹੀ ਬਾਹਰੋਂ ਲੈ ਗਏ ਸੀਗੇ ਉਹ ਬੇਚਾਰਾ। ਇਹ ਕੀ ਡਾਕਟਰ ਸਾਹਿਬ ਏਜ ਕਿੰਨੀ ਸੀਗੀ ਉਹਦੀ? ਯੰਗ ਏਜ ਸੀਗਾ, ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਪਿਆ ਸੀਗਾ, ਬਾਕੀ ਐਗਜੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ। ਡਾਕਟਰ ਸਾਹਿਬ ਕਿੱਥੇ ਤੋਂ ਰਹਿਣ ਵਾਲੇ ਸੀ? ਸਿੱਧਵਾਂ ਦੋਨਾਂ ਦਾ ਸੀ ਸ਼ਾਇਦ। ਸਿੱਧਾ ਦੋਨਾਂ ਦਾ। ਹਾਂਜੀ, ਅੱਛਾ, ਅਤੇ ਕਿੰਨੇ ਕੁ ਵਜੇ ਲੈ ਕੇ ਆਏ ਸੀ ਇਹ? ਸ਼ਾਮ ਵੇਲੇ ਜਦ ਮੀਂਹ ਪਿਆ ਸੀਗਾ ਜੀ ਉਸ ਵੇਲੇ 5 ਤੋਂ 6, ਨਹੀਂ 6 ਤੋਂ 7 ਦੇ ਵਿਚਕਾਰ। ਠੀਕ ਹੈ, ਇਹ ਇਕੱਲੇ ਉਹੀ ਇੰਜਟ ਉਹੀ ਪ੍ਰੋਡਕਟ ਸੀਗੀ, ਉਸ ਤੋਂ ਇਲਾਵਾ ਹੋਰ ਵੀ ਕੋਈ ਉਹਨਾਂ ਦੀ ਸਾਡੇ ਫੈਮਿਲੀ ਕੋਲ ਸੀਗੀ? ਇੱਕ ਹੀ ਬੋਡੇਡ ਆਇਆ ਸੀਗਾ ਜੀ। ਕੱਲ੍ਹ ਸ਼ਾਮ ਨੂੰ 5 ਤੋਂ 6 ਵਜੇ ਦੇ ਵਿਚਕਾਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ, ਬਹੁਤ ਹੀ ਅਨਫੋਰਚੁਨੇਟ ਈਵੈਂਟ ਹੋਇਆ ਉਹਦੇ ਨਾਲ। ਉੱਥੇ ਕੋਈ ਖੱਤਿਆਂ 'ਚ ਕੰਮ ਕਰਦੇ ਕਰਦੇ ਉਹਦੇ 'ਤੇ ਅਸਮਾਨੀ ਬਿਜਲੀ ਗਿਰੀ ਸੀਗੀ। ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ, ਪਰ ਅਸੀਂ ਦੇਖਿਆ ਸੀ ਤਾਂ ਉਹ ਬੇਚਾਰਾ ਪੂਰਾ ਹੋ ਚੁੱਕਿਆ ਸੀਗਾ, ਅਤੇ ਅਸੀਂ ਪੇਸ਼ੈਂਟ ਰਿਲੇਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਸੀ। ਉਸ ਵੇਲੇ ਫਿਰ ਉੱਧਰੋਂ ਹੀ ਬਾਹਰੋਂ ਲੈ ਗਏ ਸੀਗੇ ਉਹ ਬੇਚਾਰਾ। ਇਹ ਕੀ ਡਾਕਟਰ ਸਾਹਿਬ ਏਜ ਕਿੰਨੀ ਸੀਗੀ ਉਹਦੀ? ਯੰਗ ਏਜ ਸੀਗਾ, ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਪਿਆ ਸੀਗਾ, ਬਾਕੀ ਐਗਜੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ। ਡਾਕਟਰ ਸਾਹਿਬ ਕਿੱਥੇ ਤੋਂ ਰਹਿਣ ਵਾਲੇ ਸੀ? ਸਿੱਧਵਾਂ ਦੋਨਾਂ ਦਾ ਸੀ ਸ਼ਾਇਦ। ਸਿੱਧਾ ਦੋਨਾਂ ਦਾ। ਹਾਂਜੀ, ਅੱਛਾ, ਅਤੇ ਕਿੰਨੇ ਕੁ ਵਜੇ ਲੈ ਕੇ ਆਏ ਸੀ ਇਹ? ਸ਼ਾਮ ਵੇਲੇ ਜਦ ਮੀਂਹ ਪਿਆ ਸੀਗਾ ਜੀ ਉਸ ਵੇਲੇ 5 ਤੋਂ 6, ਨਹੀਂ 6 ਤੋਂ 7 ਦੇ ਵਿਚਕਾਰ। ਠੀਕ ਹੈ, ਇਹ ਇਕੱਲੇ ਉਹੀ ਇੰਜਟ ਉਹੀ ਪ੍ਰੋਡਕਟ ਸੀਗੀ, ਉਸ ਤੋਂ ਇਲਾਵਾ ਹੋਰ ਵੀ ਕੋਈ ਉਹਨਾਂ ਦੀ ਫੈਮਿਲੀ ਸਾਡੇ ਕੋਲ ਸੀਗੀ? ਇੱਕ ਹੀ ਬੋਡੇਡ ਆਇਆ ਸੀਗਾ ਜੀ।